ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਿਹ ਦਿਵਸ ਮਨਾਉਣ ਜਾ ਰਹੀ ਹੈ ਲਾਲ ਕਿਲ੍ਹੇ 'ਤੇ। ਇਸ ਵੇਲੇ ਅਪ੍ਰੈਲ ਦੇ ਵਿੱਚ ਮਨਾ ਰਹੇ ਨੇ, ਇਹਦੇ ਕਈ ਕਾਰਨ ਹੋ ਸਕਦੇ ਨੇ। ਅੱਜ ਇਹਨਾਂ ਨੇ ਇਤਿਹਾਸ ਦੱਸਿਆ ਕਿ ਜਿਹੜੇ ਜਰਨੈਲਾਂ ਨੇ ਤਾਰਾ ਸਿੰਘ ਘੇਬਾ, ਮਹਾਂ ਸਿੰਘ ਸ਼ੁਕਰ ਚੱਕੀਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਜੀ ਰਾਮਗੜੀਆ, ਜੱਸਾ ਸਿੰਘ ਜੀ ਆਲੂਵਾਲੀਆ, ਇਹਨਾਂ ਨੇ ਦਿੱਲੀ ਫਤਿਹ ਕੀਤੀ ਸੀ ਔਰ ਗੋਲ ਮੋਲ ਤਰੀਕੇ ਦੇ ਨਾਲ ਲਿਖ ਦਿੱਤਾ ਕਿ 10 ਗੁਰਦੁਆਰੇ ਸਟੈਬਲਿਸ਼ ਹੋਏ ਸੀ। ਆਪਾਂ ਇਤਿਹਾਸ ਜਿਹੜਾ ਨਾ ਰੈਫਰੈਂਸ ਦੇ ਨਾਲ ਹੁੰਦਾ, ਤੁਸੀਂ ਅਗਰ ਇਹ ਗੱਲ ਲਿਖ ਰਹੇ ਹੋ ਤਾਂ ਇਹਦਾ ਰੈਫਰੈਂਸ। ਇਤਿਹਾਸ ਇਹ ਹੈ ਕਿ ਇਹਨਾਂ ਜਰਨੈਲਾਂ ਨੇ 7 ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕੀਤੀ ਸੀਗੀ। ਹੁਣ ਇਹ ਵੀ ਕੱਲ੍ਹ ਨੂੰ ਰੈਫਰੈਂਸ ਡਾਕੂਮੈਂਟ ਬਣ ਜਾਏਗਾ, ਅੱਜ ਤੋਂ 50 ਸਾਲ ਬਾਅਦ, 100 ਸਾਲ ਬਾਅਦ, ਕਿ ਅੱਧੀ ਤਿਆਰੀ ਲੋਕਾਂ ਦੇ ਵਿੱਚ ਗਲਤ ਇਤਿਹਾਸ ਪੇਸ਼ ਕਰਨਾ, ਇਹ ਬਹੁਤ ਵੱਡਾ ਨੁਕਸਾਨ ਕੌਮ ਦਾ ਤੁਸੀਂ ਕਰਦੇ ਪਏ ਹੋ। ਇਸ ਤਰੀਕੇ ਨਾਲ ਕੱਚਾ ਇਤਿਹਾਸ ਦੇ ਦੇਣਾ, ਨਵੀਆਂ ਗੱਲਾਂ ਵਿੱਚ ਪਾ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਿਹ ਦਿਵਸ ਮਨਾਉਣ ਜਾ ਰਹੀ ਹੈ ਲਾਲ ਕਿਲ੍ਹੇ 'ਤੇ। ਬਹੁਤ ਵੱਡਾ ਇਤਿਹਾਸ ਹੈ ਜਿਹੜਾ ਪਹਿਲੀ ਦਫ਼ਾ ਮੈਂ ਆਪਣੇ ਸਾਥੀਆਂ ਦੇ ਨਾਲ ਰਲ ਕੇ 2014, 15, 16, 17, 18, 5 ਸਾਲ ਲਗਾਤਾਰ ਮਨਾਇਆ ਔਰ ਇਹ 8 ਤੋਂ ਲੈ ਕੇ 11 ਮਾਰਚ ਦੇ ਵਿੱਚ ਤਕਰੀਬਨ ਮਨਾਇਆ ਜਾਂਦਾ। ਹੁਣ ਇਹ ਇਸ ਵੇਲੇ ਅਪ੍ਰੈਲ ਦੇ ਵਿੱਚ ਮਨਾ ਰਹੇ ਨੇ, ਇਹਦੇ ਕਈ ਕਾਰਨ ਹੋ ਸਕਦੇ ਨੇ, ਲੇਕਿਨ ਮੈਂ ਇਹ ਸਮਝਦਾ ਵਾਂ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇੱਕ ਇਲੈਕਟਿਡ ਬਾਡੀ ਹੈ, ਇੱਕ ਰਿਸਪੋਂਸੀਬਲ ਬਾਡੀ ਹੈ, ਇੱਕ ਐਸੀ ਚੀਜ਼ ਹੈ ਕਿ ਜਿਹੜੀ ਕੋਈ ਵੀ ਗੱਲ ਕਰੇ ਇਤਿਹਾਸਿਕ ਤਾਂ ਉਹ ਮੰਨੀ ਜਾਏਗੀ, ਕੱਲ੍ਹ ਨੂੰ ਰੈਫਰੈਂਸ ਸਮਝਿਆ ਜਾਏਗਾ। ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਇੱਕ ਵੱਡਾ ਲੀਡਰ ਜਿਹੜਾ ਇਹਨਾਂ ਦਾ ਸੀਗਾ, ਉਸਨੇ ਕਿਹਾ ਸੀਗਾ ਕਿ ਜਿਹੜਾ ਰਕਾਬਗੜ੍ਹ ਸਾਹਿਬ ਹੈ, ਇੱਥੇ ਪਹਿਲੇ ਮਸੀਤ ਹੁੰਦੀ ਸੀ, ਮਸੀਤ ਢਾਹ ਕੇ ਗੁਰਦੁਆਰਾ ਬਣਾਇਆ। ਬੜੀ ਵੱਡੀ ਕੰਟਰੋਵਰਸੀ ਹੋਈ ਔਰ ਉਹ ਵੀ ਕਿਸੇ ਨਾ ਕਿਸੇ ਵਕਤ 50 ਸਾਲ ਬਾਅਦ ਰੈਫਰੈਂਸ ਦਿੱਤਾ ਜਾਏਗਾ ਜੀ। ਉਹਨਾਂ ਦਾ ਇੱਕ ਪ੍ਰਧਾਨ ਹੁੰਦਾ ਸੀਗਾ ਮਨਜਿੰਦਰ ਸਿੰਘ ਸਿਰਸਾ, ਉਸਨੇ ਇਹ ਗੱਲ ਕਹੀ ਸੀਗੀ ਅਤੇ ਇਸ ਨੂੰ ਵੀ ਕੱਲ੍ਹ ਨੂੰ ਹਿਸਟੋਰੀਕਲੀ ਕਿਸੇ ਨਾ ਕਿਸੇ ਤਰੀਕੇ ਔਥੈਂਟੀਕੇਟ ਕੀਤਾ ਜਾਏਗਾ। ਅੱਜ ਇਹਨਾਂ ਨੇ ਇਤਿਹਾਸ ਦੱਸਿਆ ਕਿ ਜਿਹੜੇ ਜਰਨੈਲਾਂ ਨੇ ਤਾਰਾ ਸਿੰਘ ਘੇਬਾ, ਮਹਾਂ ਸਿੰਘ ਸ਼ੁਕਰ ਚੱਕੀਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਜੀ ਰਾਮਗੜੀਆ, ਜੱਸਾ ਸਿੰਘ ਜੀ ਆਲੂਵਾਲੀਆ, ਇਹਨਾਂ ਨੇ ਦਿੱਲੀ ਫਤਿਹ ਕੀਤੀ ਸੀ ਔਰ ਗੋਲ ਮੋਲ ਤਰੀਕੇ ਦੇ ਨਾਲ ਲਿਖ ਦਿੱਤਾ ਕਿ 10 ਗੁਰਦੁਆਰੇ ਸਟੈਬਲਿਸ਼ ਹੋਏ ਸੀ। ਇਤਿਹਾਸ ਇਹ ਹੈ ਕਿ ਇਹਨਾਂ ਜਰਨੈਲਾਂ ਨੇ 7 ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕੀਤੀ ਸੀਗੀ। ਹੁਣ ਇਹ ਵੀ ਕੱਲ੍ਹ ਨੂੰ ਰੈਫਰੈਂਸ ਡਾਕੂਮੈਂਟ ਬਣ ਜਾਏਗਾ, ਅੱਜ ਤੋਂ 50 ਸਾਲ ਬਾਅਦ, 100 ਸਾਲ ਬਾਅਦ। ਆਪਾਂ ਇਤਿਹਾਸ ਜਿਹੜਾ ਨਾ ਰੈਫਰੈਂਸ ਦੇ ਨਾਲ ਹੁੰਦਾ, ਤੁਸੀਂ ਅਗਰ ਇਹ ਗੱਲ ਲਿਖ ਰਹੇ ਹੋ ਤਾਂ ਇਹਦਾ ਰੈਫਰੈਂਸ ਕੀ ਹੈ, ਉਹਦਾ ਪਿੱਛੇ ਕਿਹੜੇ ਸਰੋਤਾਂ ਤੋਂ ਤੁਸੀਂ ਇਹ ਚੀਜ਼ ਲਈਏ ਔਰ ਤੁਸੀਂ ਇਸ ਨੂੰ ਲਿਖਦੇ ਪਏ ਹੋ। ਮੈਂ ਇਹ ਸਮਝਦਾ ਵਾਂ ਕਿ ਅੱਧੀ ਤਿਆਰੀ ਲੋਕਾਂ ਦੇ ਵਿੱਚ ਗਲਤ ਇਤਿਹਾਸ ਪੇਸ਼ ਕਰਨਾ, ਇਹ ਬਹੁਤ ਵੱਡਾ ਨੁਕਸਾਨ ਕੌਮ ਦਾ ਤੁਸੀਂ ਕਰਦੇ ਪਏ ਹੋ। ਹੁਣ ਇਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ 10 ਇਤਿਹਾਸਿਕ ਗੁਰਦੁਆਰੇ ਲਿਖ ਰਹੇ ਹੋ ਕਿ ਨਿਸ਼ਾਨਦੇਹੀ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਦਾ ਤਾਂ 1962 'ਚ ਲੱਭਿਆ ਸਥਾਨ ਬਖਤਿਆਰ ਕਾਕੀ ਜੀ ਦਰਗਾਹ ਕੁਤਬ ਮੀਨਾਰ ਦੇ ਕੋਲ ਜਥੇਦਾਰ ਸੰਤੋਖ ਸਿੰਘ ਹੋਰਾਂ ਨੇ ਡਾਕਟਰ ਗੰਡਾ ਸਿੰਘ ਦੀ ਸਦਾਰਤ ਦੇ ਵਿੱਚ ਕਮੇਟੀ ਬਣਾਈ ਸੀ, ਜਿਹੜੇ ਬਹੁਤ ਵੱਡੇ ਹਿਸਟੋਰੀਅਨ ਹੋਏ ਨੇ। ਉਹਨਾਂ ਦੀ ਸਦਾਰਤ ਦੇ ਵਿੱਚ, ਉਹਨਾਂ ਦੀ ਪ੍ਰਧਾਨਗੀ 'ਚ ਕਮੇਟੀ ਬਣੀ ਸੀ ਔਰ ਉਹ ਥਾਂ ਲੱਭੀ ਜਿੱਥੇ ਅੱਜ ਤੁਸੀਂ ਮਰੋਲੀ ਜਾ ਕੇ ਸ਼ਹੀਦੀ ਸਥਾਨ ਦੇਖਦੇ ਹੋ। ਮੈਂ ਸਮਝਦਾ ਵਾਂ ਕਿ ਦਿੱਲੀ ਕਮੇਟੀ ਨੂੰ ਗੁਰੇਜ਼ ਕਰਨਾ ਚਾਹੀਦਾ ਕਿ ਇਤਿਹਾਸ ਜੋ ਲੈ ਕੇ ਆਉਣ, ਰਿਸਰਚ ਕਰਕੇ, ਔਥੈਂਟੀਕੇਟ ਕਰਕੇ ਫਿਰ ਲੋਕਾਂ ਦੇ ਅੱਗੇ ਲੈ ਕੇ ਆਉਣ। ਇਸ ਤਰੀਕੇ ਨਾਲ ਕੱਚਾ ਇਤਿਹਾਸ ਦੇ ਦੇਣਾ, ਨਵੀਆਂ ਗੱਲਾਂ ਵਿੱਚ ਪਾ ਦੇਣੀਆਂ, ਉਹ ਕੱਲ੍ਹ ਨੂੰ ਕੰਟਰੋਵਰਸੀ ਦਾ ਬਾਇਸ ਬਣੇਗਾ। ਸਾਡੀ ਆਉਣ ਵਾਲੀ ਪਨੀਰੀ ਜਿਹੜੀ ਹੈ ਉਹ ਗਲਤ ਇਤਿਹਾਸ ਪੜੇਗੀ। ਇਸ ਤੋਂ ਇਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਔਰ ਇਹੋ ਜਿਹਾ ਇਤਿਹਾਸ ਨਹੀਂ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।